हाँ जी, मैं इत्थे बीजिंग एयरपोर्ट ते बैठा ते इंडिया चलिया साल बाद। वधिया, मतलब वधिया लग रहा है। ते तुसीं देख सकते हो मुझे क्या आया जी, मैं जाना चाइना सदर। ते आ सा इत्थों तुसीं देख सकते हो, दूसरी साइड का एयरपोर्ट ते जिहड़े हैं बैठने दी जगह बनी हुई है। ਤੁਹਾਨੂੰ ਅੱਗੇ ਲੈ ਕੇ ਚੱਲਦਾ ਮੈਂ। ਇਹ ਉਹੀ ਜਹਾਜ਼ ਹੈ, ਅਤੇ ਇੱਧਰੋਂ ਸਾਈਡ ਤੋਂ ਐਂਟਰੀ ਦੇ ਲਈ ਉੱਧਰੋਂ ਸਮਾਨ ਵਗੈਰਾ, ਲਗੇਜ ਵਗੈਰਾ ਰੱਖ ਰਹੇ ਨੇ। ਉਹ ਇਹਦੇ ਵਿੱਚ ਕੈਮਰਾ ਜੀ ਤੁਹਾਨੂੰ ਦੇਖਣਾ ਨਹੀਂ, ਬਿਲਕੁਲ ਐਂਡ 'ਤੇ ਜਿਹੜਾ ਚਾਈਨਾ ਦਾ ਸੀ ਹੈ, ਬਿਲਕੁਲ ਜਿਹਦਾ ਰੌਲਾ ਰੱਪਾ ਜਿਹਾ ਵੀ ਚੱਲ ਰਿਹਾ ਹੈ ਇਹਨਾਂ ਦਾ, ਉਹ ਬਿਲਕੁਲ ਇੱਥੋਂ ਕਲੀਅਰ ਦੇਖ ਜਾਂਦਾ ਕੈਮਰੇ ਤੋਂ ਦੇਖਣਾ। ਆ ਇੱਥੇ ਬੈਠਣ ਲਈ ਬਣੀਆਂ ਹੋਈਆਂ ਨੇ, ਵਾਇਰਲੈਸ ਚਾਰਜਿੰਗ ਦਾ ਕੀਤਾ ਹੋਇਆ ਇਹਨਾਂ ਨੇ ਪ੍ਰਬੰਧ। ਇੱਧਰ ਖੱਬੇ ਹੱਥ ਪਾਣੀ ਪੀਣ ਨੂੰ ਹੈ, ਅਤੇ ਤੁਸੀਂ ਪਾਣੀ ਪੀ ਸਕਦੇ ਹੋ ਇੱਥੇ। ਆ ਤੁਹਾਨੂੰ ਦਿਖਾਵਾ, ਇਹ ਸ਼ੀਸ਼ੇ ਜਿਹੜੇ ਲੱਗੇ ਹੋਏ ਨੇ, ਸ਼ੀਸ਼ਿਆਂ ਦੇ ਵਿੱਚ ਹੀ ਸਕਰੀਨ ਹੈ, ਮਤਲਬ ਟਰਾਂਸਪੇਰੈਂਟ ਸਕਰੀਨ ਹੈ। ਸਾਹਮਣੇ ਤੁਸੀਂ ਦੇਖ ਸਕਦੇ ਹੋ ਕਾਂਟ ਮੋਡ ਲਗਾ ਚੁੱਕੇ ਨੇ, ਬੜੀ ਘੈਂਟ ਟੈਕਨੋਲੋਜੀ ਬਣਾਈ ਹੋਈ ਹੈ। ਅਤੇ ਇਹਨਾਂ ਨੇ ਇੱਥੇ ਬੂਟੇ ਵਗੈਰਾ ਲਾਏ ਹੋਏ ਨੇ, ਬੂਟਿਆਂ ਦਾ ਫਾਇਦਾ ਰਹਿੰਦਾ ਹੈ, ਇੰਡੋਰ ਪੋਲਿਊਸ਼ਨ ਘਟਿਆ ਰਹਿੰਦਾ। ਕਾਫੀ ਬੜਾ ਏਅਰਪੋਰਟ ਹੈ। ਮੈਂ ਆਇਆ ਜਿੱਥੋਂ ਇਹਨਾਂ ਦੀ ਟ੍ਰੇਨ ਚੱਲਦੀ ਆ ਉਹ ਰਾਹੀਂ ਆਇਆ ਸੀ, ਅਤੇ ਪਹਿਲਾਂ ਉੱਧਰ ਕਾਫੀ ਮੁੰਡੇ ਵੀ ਮਿਲੇ ਸੀ ਮੈਨੂੰ, ਅਤੇ ਇੱਕ ਸਾਊਥ ਇੰਡੀਅਨ ਬਾਈ ਮਿਲਿਆ ਸੀ, ਉਹ ਜਾ ਰਿਹਾ ਸੀ ਕੇਰਲਾ ਤੋਂ ਸੀ ਅਤੇ ਟੋਰਾਂਟੋ ਤੋਂ ਚੱਲਿਆ ਸੀ ਬਾਈ। ਗੱਲਾਂ ਗੁੱਲਾਂ ਕਰੀ ਜਾਂਦੇ ਸੀ, ਉਹ ਕਰੇ ਕਹਿੰਦਾ ਇੱਥੇ ਕਿਸੇ ਪੈਰ 'ਚ ਵਾਇਰਸ ਵੀ ਪੈਰ ਫੂਲ ਗਿਆ। ਬਾਕੀ ਆ ਏਅਰਪੋਰਟ ਤੋਂ ਹੁਣ ਨਿਕਲ ਕੇ ਮੈਂ ਚੱਲਿਆ ਜਹਾਜ਼ 'ਚ ਬੈਠ ਗਿਆ, ਤੁਸੀਂ ਦੇਖ ਸਕਦੇ ਹੋ। ਅਤੇ ਰਣਵੀਰ ਤੇ ਇਹ ਹੁਣ ਚੱਲਣ ਲੱਗੇ, ਉਹ ਸਾਹਮਣੇ ਟਾਵਰ ਹੈ, ਮਤਲਬ ਉੱਥੋਂ ਹੀ ਇਹ ਦੇਖਦੇ ਨੇ ਰਡਾਰ ਵਗੈਰਾ ਵਾਲਾ ਜਿਹੜਾ ਸਿਸਟਮ ਹੁੰਦਾ, ਜਿੰਨੀ ਇਹਨਾਂ ਕੋਲ ਇਨਫੋਰਮੇਸ਼ਨ ਆਉਂਦੀ ਹੈ ਕਿ ਏਅਰ ਟ੍ਰੈਫਿਕ ਕਿਵੇਂ ਕੰਟਰੋਲ ਕਰਨੀ ਹੈ। ਵਧੀਆ ਰਿਹਾ ਮੈਨੂੰ ਸੀਟ ਜੀ ਇੱਧਰਲੀ ਮਿਲ ਗਈ, ਅਤੇ ਘੈਂਟ ਹੈਗਾ ਮੈਂ ਦੇਖਣ ਨੂੰ ਨਾਲੇ। ਇਹ ਸਾਰਾ ਹੀ ਏਅਰਪੋਰਟ ਆ ਉਹ ਦੂਰ ਤੱਕ, ਅਤੇ ਨੀਚੋਂ ਦੀ ਅੰਡਰਗਰਾਊਂਡ ਟ੍ਰੇਨ ਬਣੀ ਹੋਈ ਹੈ, ਅਤੇ ਉਹਦੇ ਵਿੱਚ ਵੀ ਜਾ ਕੇ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ ਕਾਫੀ ਮੂਵ ਕਰਨਾ ਪੈਂਦਾ। ਸਿੱਧੀ ਹੋਵੇ ਫਲਾਈਟ ਵਧੀਆ ਰਹਿੰਦਾ। ਮੇਰਾ 8 ਘੰਟੇ ਦੀ ਸਟੇਅ ਸੀ ਬੋਂਦਲ ਕੇ। ਸੂਰਜ ਜਿਹਾ ਵਧੀਆ ਲੱਗ ਰਿਹਾ, ਬੱਦਲ ਜਿਹੇ ਇੱਧਰ ਹੈਗੇ ਨੇ ਧੁੰਦ ਜੀ, ਵਧੀਆ ਵੀ ਅਸੀਂ ਹੋਣਾ ਮੈਨੂੰ ਲੱਗਦਾ। ਦਸੰਬਰ ਦੇ ਦਿਨ ਨੇ, ਧੁੰਦ ਹੋ ਗਏ ਨੇ, ਇਹ ਹੋ ਨਹੀਂ ਸਕਦਾ। ਆਹ ਦੇਖੋ ਜੀ ਉੱਪਰੋਂ ਬੱਦਲ ਹੈਗੇ ਨੇ, ਅਤੇ ਨੀਚੇ ਦੇਖੋ ਜੀ ਚਾਈਨੀਜ਼ ਜਿਹੜਾ ਸ਼ਹਿਰ ਹੈ ਬੀਜਿੰਗ ਉਹ ਦਿਖ ਰਿਹਾ, ਅਤੇ ਬਹੁਤ ਸੋਹਣਾ ਲੱਗ ਰਿਹਾ। ਹੁਣ ਜਮਾਂ ਹੀ ਬੱਦਲ ਹੀ ਬੱਦਲ ਹੋ ਗਏ, ਅਤੇ ਆਹ ਹੁਣ ਬੱਦਲਾਂ ਤੋਂ ਉੱਪਰ ਆ ਗਏ ਥੋੜ੍ਹਾ ਜਿਹਾ। ਸ਼ਾਮ ਦੇ ਨੂੰ ਮੈਂ ਚੱਲਿਆ ਅਤੇ ਰਾਤੀ ਪਹੁੰਚਣਾ ਇੰਡੀਆ, ਅਤੇ ਹੁਣ ਟੇਢਾ ਜਿਹਾ ਹੋ ਗਿਆ ਜਹਾਜ਼। ਇਹ ਦੇਖੋ ਜੀ ਇੰਡੀਆ ਦੇ ਨੇੜੇ ਪਹੁੰਚਣ ਵਾਲੀ ਆ, ਹਜੇ ਹੁਣ ਬੰਗਲਾਦੇਸ਼ ਦੇ ਨੇੜੇ ਨਹੀਂ ਆ ਮੈਂ, ਅਤੇ ਕਲਕੱਤਾ ਲੰਘ ਕੇ ਫਿਰ ਉੱਪਰ ਦੀ ਲੰਘਾਂਗੇ। ਇਹ ਦਿੱਲੀ ਏਅਰਪੋਰਟ 'ਤੇ ਲੈਂਡ ਕਰ ਚੁੱਕਿਆ, ਅਤੇ ਤੁਸੀਂ ਦੇਖ ਸਕਦੇ ਹੋ ਇਤਿਹਾਸ ਵਗੈਰਾ ਹੋਣ ਲਈ ਖੜੀਆਂ ਨੇ ਫਲਾਈਟਸ। ਏਅਰ ਇੰਡੀਆ ਵੀ ਮੇਰੇ ਖਿਆਲ ਨਾਲ